ਇਹ ਜਿਹੜੀ ਗ੍ਰਾਂਟ ਹੈ 1,10,00,000 ਰੁਪਏ ਦੀ ਪਿੰਡਾਂ ਨੂੰ ਐਂਡ 500 ਦੇ ਲਗਭਗ ਪੈਨਸ਼ਨਾਂ ਸੀ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਔਰ ਅਪੰਗ ਬੱਚਿਆਂ ਦੀ ਪੈਨਸ਼ਨਾਂ ਨੇ ਜਿਹੜੀਆਂ, ਔਰ 350 ਬੱਸ ਪਾਸ ਨੇ ਬਜ਼ੁਰਗਾਂ ਲਈ, ਲੇਡੀ ਦੀ ਜਿਹੜੀਆਂ 60 ਸਾਲ ਤੋਂ ਉੱਪਰ ਨੇ ਉਹਨਾਂ ਦੇ 350 ਬੱਸ ਪਾਸ ਵੰਡੇ ਨੇ ਅਸੀਂ, ਔਰ ਇਹ ਲਗਾਤਾਰ ਸਾਡਾ ਕੰਮ ਚੱਲਦਾ ਰਹੇਗਾ, ਰੋਜ਼ ਹੀ ਬੰਦ ਨਹੀਂ ਹੈ। ਜਿਹੜੇ ਲੋੜਵੰਦ ਨੇ, ਜਿਵੇਂ ਲੇਡੀ ਦਾ ਕਿਸੇ ਦਾ ਬਜ਼ੁਰਗਾਂ ਦਾ ਰਹਿੰਦਾ ਬੱਸ, ਉਹ ਬਣ ਜਾਣਗੇ, ਪਰ ਉਹਨਾਂ ਨੂੰ ਖੇਚਲ ਆਪ ਕਰਨੀ ਪਏਗੀ, ਆਉਣ ਪੈਣਗੇ, ਕਾਗਜ਼ ਭਰਨੇ ਪੈਣਗੇ। ਅਤੇ ਪੈਨਸ਼ਨਾਂ ਦਾ ਵੀ ਇੱਦਾਂ ਹੀ ਆ, ਕਾਗਜ਼ ਭਰਨ, ਇੱਥੇ ਕੋਈ ਦੇਰੀ ਨਹੀਂ ਹੋਏਗੀ। ਜਿਹੜਾ ਯੋਗ ਆ ਵਿਅਕਤੀ, 1-2 ਦਿਨ 'ਚ ਵਿਹਲਾ ਕਰ ਦਿੰਦੇ ਅਸੀਂ। ਇੱਥੇ ਮੇਰੇ ਆਪਣੇ ਦਫ਼ਤਰ 'ਚ ਬੰਦੇ ਰੱਖੇ ਹੋਏ ਨੇ ਆਪਣੇ ਘਰ ਦੇ, ਜਿਹੜੇ ਇੱਥੇ ਸਾਰਾ ਉਹਨਾਂ ਨੂੰ ਕਾਗਜ਼ ਪੱਤਰ ਤਿਆਰ ਕਰਕੇ CDPO ਸਾਹਿਬ ਤੋਂ ਬੁਲਾ ਕੇ ਲਿਆ ਕੇ ਲੋਕਾਂ ਨੂੰ ਖੇਚਲ ਖੱਜਲ ਖੁਆਰ ਨਾ ਆਉਣਾ ਪਵੇ, ਆਪ ਤਿਆਰ ਕਰਕੇ। ਇਹਦੀ ਪੋਲਿਸੀ ਹੈ, ਉਹਨਾਂ ਦੀ ਪੋਲਿਸੀ ਮੈਟਰ ਥੱਲੇ ਹੋਇਆ ਜੋ ਹੋਇਆ, ਵੀ ਇਹਨਾਂ ਦਾ ਬਾਹਰੋਂ ਬੰਦੇ ਭੇਜ ਕੇ ਕਹਿ ਦਿਉ ਵੀ ਬੱਚੇ ਆਪਸ ਵਿੱਚ ਹੀ ਲੜ ਪਏ, ਇਹ ਲੋਕਾਂ ਦਾ ਧਿਆਨ ਡਿਵੈਲਟ ਕਰਨ ਵਾਸਤੇ, ਬੱਚਿਆਂ ਨੂੰ ਖਦੇੜਨ ਵਾਸਤੇ। ਔਰ ਬੱਚੇ ਸਾਰਾ ਸਮਝਦੇ ਨੇ, ਹਿੰਦੁਸਤਾਨ ਦੇ ਬੱਚੇ, ਅੱਜ ਹਿੰਦੁਸਤਾਨ ਦੇ ਸੰਵਿਧਾਨ ਨੂੰ ਖਤਰਾ ਹੈ, ਉਹਨੂੰ ਬਚਾਉਣਾ ਹੈ। ਹਿੰਦੂ, ਮੁਸਲਿਮ, ਸਿੱਖ, ਈਸਾਈ, ਸਾਰੇ ਭਾਰਤੀ ਭਾਈ ਭਾਈ, ਉਸ ਗੁਲਦਸਤੇ ਨੂੰ ਕਾਇਮ ਰੱਖਣਾ ਹੈ, ਔਰ ਮੋਦੀ ਸਾਹਿਬ ਦੀ ਔਰ ਉਹਦੀ ਪਾਰਟੀ ਦੀਆਂ ਚਾਲਾਂ ਨੂੰ ਸਾਡਾ ਆਉਣ ਵਾਲਾ ਭਵਿੱਖ ਬੱਚੇ ਚੰਗੀ ਤਰ੍ਹਾਂ ਸਮਝਦੇ ਨੇ। ਜੇ ਅਸੀਂ ਦੇਸ਼ ਰੱਖਣਾ ਹੈ ਤਾਂ ਕਿਸੇ ਇੱਕ ਬਰਾਦਰੀ ਨਾਲ, ਇੱਕ ਜਾਤੀ ਨਾਲ ਵਖਰੇਵਾਂ ਨਹੀਂ ਚੱਲਣਾ। ਇੱਥੇ ਸਾਡੇ ਗੁਰੂਆਂ ਨੇ ਵੀ ਕਿਹਾ, ਮਾਨਸ ਕੀ ਜਾਤ ਸਭ ਏਕੋ ਪਹਿਚਾਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜਿਨ੍ਹਾਂ ਸਾਡੇ ਦੇਸ਼ ਭਗਤਾਂ ਨੇ ਫਾਂਸੀ ਦੇ ਰੱਸਿਆਂ ਨੇ ਚੁੰਮਿਆ, ਆਜ਼ਾਦੀ ਲਈ ਆ, ਸਰਬ ਸਾਂਝੀ ਸੀ। ਅੱਜ ਇਹ ਇਕੱਲਾ ਹਿੰਦੂਤਵ ਔਰ ਦੇਸ਼ ਤੋੜਨ ਵਾਲੀਆਂ ਗੱਲਾਂ ਕਰਦੇ ਨੇ, ਜਿਹੜੇ ਜਿਹਨਾਂ ਲੋਕ ਆਜ਼ਾਦੀ ਨੂੰ ਪਿਆਰ ਕਰਦੇ ਨੇ ਉਹ ਕਦੇ ਸਾਈਡ। ਜਦੋਂ ਮੋਦੀ ਦਾ ਹੁਕਮ ਚੱਲਦਾ ਐਂ ਕਰਨਾ, ਜਦੋਂ ਸਾਰਾ ਕੁਛ ਕਹਿ ਕੇ ਕਰਵਾਇਆ, ਪ੍ਰੀ ਪਲੈਨ ਹੋਇਆ, ਤਾਂ ਇਹ 'ਚ ਇੰਟੈਲੀਜੈਂਸ ਦੀ ਜ਼ਰੂਰਤ ਹੀ ਨਹੀਂ ਹੈ, ਪਤਾ ਹੀ ਹੈ ਮੋਦੀ ਦੇ ਬੰਦੇ ਨੇ ਕਰਾਇਆ, ਮੋਦੀ ਸਾਹਿਬ ਦੇ ਇਸ਼ਾਰੇ 'ਤੇ ਹੋਇਆ।